ਫਾਜ਼ਿਲਕਾ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਦੇ ਸੰਬੰਧ ਦੇ ਵਿੱਚ ਫਾਜ਼ਿਲਕਾ ਦੇ ਡੀਸੀ ਨੂੰ ਸੌਂਪਿਆ ਮੰਗ ਪੱਤਰ। ਫਾਜ਼ਿਲਕਾ ਦੇ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫਾਜ਼ਿਲਕਾ ਦੇ ਡੀਸੀ ਅਰਵਿੰਦਪਾਲ ਸਿੰਘ ਸੰਧੂ ਨੂੰ ਰਾਤ 9 ਵਜੇ ਦੇ ਕਰੀਬ ਇੱਕ ਮੰਗ ਪੱਤਰ ਸੌਂਪਿਆ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਿਛਲੇ 2 ਦਿਨਾਂ ਤੋਂ ਫਾਜ਼ਿਲਕਾ ਦੇ ਡੀਸੀ ਦੇ ਨਾਲ ਮੁਲਾਕਾਤ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਸੀ, ਲੇਕਿਨ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਹੋ ਪਾ ਰਹੀ ਸੀ। ਲੇਕਿਨ ਅੱਜ ਰਾਤ ਕਰੀਬ 9 ਵਜੇ ਦੇ ਕਰੀਬ ਉਹਨਾਂ ਵੱਲੋਂ ਇੱਕ ਮੰਗ ਪੱਤਰ ਫਾਜ਼ਿਲਕਾ ਦੇ ਡੀਸੀ ਅਰਵਿੰਦਪਾਲ ਸਿੰਘ ਸੰਧੂ ਨੂੰ ਸੌਂਪਿਆ ਗਿਆ, ਜਿਸ ਵਿੱਚ ਉਹਨਾਂ ਵੱਲੋਂ ਮੰਗਾਂ ਰੱਖੀਆਂ ਗਈਆਂ ਹਨ ਅਤੇ ਉਹਨਾਂ ਨੂੰ ਮੰਨਣ ਦੀ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹਨਾਂ ਨੂੰ ਅੱਗੇ ਸੰਘਰਸ਼ ਤੇਜ਼ ਕਰਨਾ ਪਵੇਗਾ। ਮੈਂ ਜਗਦੀਪ ਸਿੰਘ, ਫਾਜ਼ਿਲਕਾ ਜ਼ੋਨ ਪ੍ਰਧਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਸੋ ਅੱਜ ਅਸੀਂ ਜਿਹੜਾ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਦੇ 'ਚ ਸਾਡੀਆਂ ਕੁਛ ਮੰਗਾਂ ਹੈਗੀਆਂ, ਜਿਵੇਂ ਬਿਜਲੀ ਦੇ ਰਿਲੇਟਡ ਹੋ ਗਈਆਂ, ਪੁਲਿਸ ਪ੍ਰਸ਼ਾਸਨ ਦੇ ਰਿਲੇਟਡ ਹੋ ਗਈਆਂ, ਜਾਂ ਆਪਾਂ ਕਿਹਾ ਮਾਲ ਰਿਲੇਟਡ ਹੋ ਗਈਆਂ, ਜਿਹੜਾ ਮਾਲ ਵਿਭਾਗ ਹੋ ਗਿਆ, ਉਸ ਤੋਂ ਬਾਅਦ ਜਿਹੜਾ ਵੀਡੀਓ ਦਫ਼ਤਰ ਜਿਹੜੇ ਸਾਡੇ ਕੰਮ ਨਹੀਂ ਹੋ ਰਹੇ ਆ, ਕਿਉਂਕਿ ਅੱਜ ਦੇਖਿਆ ਜਾ ਰਿਹਾ ਸਰਕਾਰ ਵੱਲੋਂ ਤਾਂ ਆਪਾਂ ਨੂੰ ਜਿਹੜੇ ਸਾਰੀਆਂ ਜਿਹੜੀਆਂ ਹਦਾਇਤਾਂ ਉਹ ਜਿਹੜੀਆਂ ਸਹਾਇਤਾ ਮਿਲ ਰਹੀ ਆ, ਪਰ ਜਿਹੜੀਆਂ ਉਹ ਜਿਹੜੀਆਂ ਸਕੀਮਾਂ ਹੈਗੀਆਂ ਉੱਥੇ ਤੱਕ ਜਿਹੜੇ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ, ਜੋ ਵਿੱਚ ਦੇ ਅਫਸਰ ਹੈਗੇ ਉਹ ਖਾ ਜਾਂਦੇ ਆ। ਸੋ ਬਿਜਲੀ ਦੇ ਰਿਲੇਟਡ ਸਾਡਾ ਜਿਹੜਾ ਅੱਜ ਲੱਖਾਂ ਰੁਪਏ ਦੇ ਜੁਰਮਾਨੇ ਲੋਕਾਂ ਨੂੰ ਪਾਏ ਗਏ ਆ, ਸਾਡੀ ਇੱਕੋ ਇੱਕ ਮੰਗ ਆ, ਅੱਜ ਅਸੀਂ ਮੰਗ ਪੱਤਰ ਦਿੱਤਾ ਡੀ ਸੀ ਸਾਹਿਬ ਨੂੰ, ਔਰ ਇਹ ਜਿਹੜਾ ਮੰਗ ਪੱਤਰ ਆ ਜਲਦੀ ਤੋਂ ਜਲਦੀ ਕੈਪਟਨ ਸਾਹਿਬ ਤੱਕ ਪਹੁੰਚਾਇਆ ਜਾਵੇ, ਸਰਕਾਰ ਤੱਕ ਪਹੁੰਚਾਇਆ ਜਾਵੇ, 2 ਰੁਪਏ ਯੂਨਿਟ ਬਿਜਲੀ ਕੀਤੀ ਜਾਵੇ, ਔਰ ਜਿਹੜੇ ਲੱਖਾਂ ਰੁਪਏ ਜੁਰਮਾਨੇ ਪਾਏ ਗਏ ਉਹ ਰੱਦ ਕੀਤੇ ਜਾਣ, ਔਰ ਜਿਹੜੇ ਜੁਰਮਾਨੇ ਕੀਤੇ ਗਏ ਆ ਜਾਂ ਉਸ ਤੋਂ ਬਾਅਦ ਜਿਹੜੇ ਪਰਚੇ ਕੀਤੇ ਗਏ ਆ ਉਹ ਸਾਰੇ ਹੀ ਰੱਦ ਕੀਤੇ ਜਾਣ, ਜਿੰਨੇ ਵੀ ਕਿਸਾਨ ਮਜ਼ਦੂਰ ਹੈਗੇ ਆ, ਔਰ ਉਸ ਤੋਂ ਬਾਅਦ ਜਿਹੜੇ ਸਰਕਾਰ ਤੋਂ ਜਿਹੜੀਆਂ ਆਪਣੇ ਸਕੀਮਾਂ ਆਉਂਦੀਆਂ, ਜਿੱਦਾਂ ਪੈਨਸ਼ਨ ਸਕੀਮ ਹੋ ਗਈ ਆ ਜਾਂ ਜਿਹੜੇ ਸੜਕਾਂ ਰੁਕੀਆਂ ਹੋਈਆਂ ਬਣਨ ਵਾਲੀਆਂ, ਉਹ ਜਲਦੀ ਤੋਂ ਜਲਦੀ ਜਿਹੜੀ ਬਣਾਈਆਂ ਜਾਣ, ਯਾਨੀ ਜਿੰਨੀਆਂ ਵੀ ਸਰਕਾਰ ਦੀਆਂ ਜਿਹੜੀ ਪੋਲਸੀਆਂ ਹੈਗੀਆਂ ਉਹ ਆਮ ਲੋਕਾਂ ਨੂੰ ਨਹੀਂ ਮਿਲ ਰਹੀਆਂ, ਸਾਡੀ ਇੱਕੋ ਇੱਕ ਮੰਗ ਹੈ ਉਹ ਆਮ ਲੋਕਾਂ ਤੱਕ ਜਿਹੜੀ ਆ ਉਹ ਜਿਹੜੀਆਂ ਸਕੀਮਾਂ ਉਹ ਪਹੁੰਚਣੀਆਂ ਚਾਹੀਦੀਆਂ। ਸਰ, ਜਿਵੇਂ ਦੇਖਿਆ ਗਿਆ ਰਾਤ ਦੇ ਲਗਭਗ 9 ਵੱਜ ਚੁੱਕੇ ਨੇ, ਅਤੇ ਇਸ ਵੇਲੇ ਮੰਗ ਪੱਤਰ ਦੇਣ ਦਾ ਕੀ ਮਤਲਬ ਸੀਗਾ? ਦੇਖੋ ਜੀ, ਅਸੀਂ ਜਿਹੜਾ ਇੱਥੇ ਲਗਭਗ ਕੱਲ੍ਹ ਵੀ ਆਏ ਸੀ, ਸੋ ਡੀ ਸੀ ਸਾਹਿਬ ਬਹੁਤ ਬਿਜ਼ੀ ਸੀਗੇ, ਉਹਨਾਂ ਦਾ ਟਾਈਮ ਨਹੀਂ ਮਿਲਿਆ। ਅੱਜ ਜਿਹੜਾ ਅਸੀਂ ਅਸੀਂ 3 ਵਜੇ ਤੋਂ ਬੈਠੇ ਹਾਂ, ਔਰ 3 ਵਜੇ ਤੋਂ ਲੈ ਕੇ ਹੁਣ ਡੀ ਸੀ ਸਾਹਿਬ ਦਾ ਟਾਈਮ ਮਿਲਿਆ, ਅਤੇ ਤਾਂ ਹੀ ਜਿਹੜਾ ਅਸੀਂ ਅੱਜ ਹੁਣ ਮੰਗ ਪੱਤਰ ਦੇ ਸਕੇ।